ਤਾਂ ਦੋਸਤੋ ਆਪਾਂ ਅੱਜ ਗੱਲ ਕਰਦੇ ਆਂ ਬਾਸਮਤੀ ਝੋਨੇ ਬਾਰੇ ਉਹ ਬਾਸਮਤੀ ਝੋਨਾ ਜਿਸ ਨੇ ਪਿਛਲੇ ਸਾਲ ਦਿੱਤਾ ਬਾਕੀ ਸਾਰੀਆਂ ਵੈਰਾਈਟੀਆਂ ਨਾਲੋਂ ਵੱਧ ਚੜ ਤਾਂ ਦੋਸਤੋ ਆਪਾਂ ਸਮਾਂ ਖਰਾਬ ਨਹੀਂ ਕਰਦੇ ਚਲੋ ਸ਼ੁਰੂ ਕਰਦੇ ਆਂ ਜਿਹੜੇ ਕਿਸਾਨ ਵੀ ਨਵੇਂ ਆ ਹੁਣ ਕਿਰਪਾ ਕਰਕੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਪੇਜ ਤੇ ਵੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ ਕਿਉਂਕਿ ਆਪਾਂ ਇਸੇ ਤਰ੍ਹਾਂ ਜਾਣਕਾਰੀ ਭਰਪੂਰ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਤਾਂ ਦੋਸਤੋ ਅੱਜ ਨਾਲ ਮੈਂ ਤੁਹਾਡੇ ਲਈ ਬਾਸਮਤੀ ਝੋਨੇ ਦੀਆਂ ਟੌਪ 3 ਕਿਸਮਾਂ ਲੈ ਕੇ ਆਇਆ ਜਿਨ੍ਹਾਂ ਨੇ ਪਿਛਲੇ ਸਾਲ ਦਿੱਤਾ ਬਾਕੀ ਸਾਰੀਆਂ ਵੈਰਾਈਟੀਆਂ ਨਾਲੋਂ ਵੱਧ ਝਾੜ ਤਾਂ ਸ਼ੁਰੂਆਤ ਕਰਦੇ ਹਾਂ ਨੰਬਰ 3 ਤੋਂ ਤਾਂ ਤੀਜੇ ਨੰਬਰ ਤੇ ਆ ਬਾਸਮਤੀ 17 18 ਹਾਂ ਦੋਸਤੋ ਜਿਹੜੀ ਬਾਸਮਤੀ 17 18 ਇਹ ਪੱਕਣ ਦੇ ਵਿੱਚ ਲਗਭਗ 140 ਦਿਨ ਲੈਂਦੀ ਆ ਚੰਗੀ ਵੈਰੈਟੀ ਹੈ ਐਵਰੇਜ ਝਾੜ ਦੀ ਗੱਲ ਕਰੀਏ ਤਾਂ 18 ਤੋਂ 20 ਕਵੰਟਲ ਆ ਜਾਣ ਕੇ 45 ਤੋਂ 50 ਅਣ ਦੇ ਵਿਚਕਾਰ ਆ ਪਰੰਤੂ ਪਿਛਲੇ ਸਾਲ ਆਪਣੇ ਕਿਸਾਨ ਵੀਰਾਂ ਨੇ ਇਸੇ ਵੈਰੈਟੀ ਦਾ 18 ਕਵੰਟਲ ਤੋਂ ਲੈ ਕੇ 24-25 ਕਵੰਟਲ ਤੱਕ ਬੜੇ ਆਰਾਮ ਨਾਲ ਝਾੜ ਲੈਤਾ ਹੋਇਆਗਾ ਵੈਰੈਟੀ ਬਹੁਤ ਵਧੀਆ ਗਈ ਇਸ ਤੋਂ ਇਲਾਵਾ ਇਹ ਥੋੜੇ ਜੇ ਨਰਮਕ ਖੇਤ ਦੇ ਵਿੱਚ ਵੀ ਹੋ ਜਾਂਦੀ ਆ ਅੱਗੇ ਗੱਲ ਕਰਦੇ ਆਪਾਂ ਨੰਬਰ 2 ਤੇ ਤਾਂ ਨੰਬਰ 2 ਤੇ ਆ ਬਾਈ ਪੂਸਾ ਬਾਸਮਤੀ 1692 ਤਾਂ ਹੁਣ ਪੂਸਾ ਬਾਸਮਤੀ 1692 ਦੇ ਵਿੱਚ ਇੱਕ ਓ ਘਾਟ ਆ ਉਹ ਕਿਹੜੀ ਕੀ ਜਦੋਂ ਇਹ ਪੱਕ ਜਾਂਦੀ ਹੈ ਨਾ ਤਾਂ ਥੋੜੀ ਜਿਹੀ ਹਰੀ ਬੜਾਉਣੀ ਪੈਂਦੀ ਹੈ ਨਹੀਂ ਡਿੱਗਣ ਦੀ ਸ਼ਿਕਾਇਤ ਹੁੰਦੀ ਆ ਹੋਰ ਇਸ ਦੇ ਵਿੱਚ ਕੋਈ ਵੀ ਕਮੀ ਹੈ ਨਹੀਂ ਇਹ ਵੈਰੈਟੀ ਪੱਕਣ ਦੇ ਵਿੱਚ ਸਿਰਫ 115 ਤੋਂ 120 ਦਿਨ ਲੈ ਕੇ ਜਾਂਦੀ ਹੈ ਜਾਨੀ ਕਿ ਤਿੰਨ ਕਿ ਮਹੀਨਿਆਂ ਦੇ ਵਿੱਚ ਵਧੀਆ ਪੱਕ ਕੇ ਤਿਆਰ ਹੋ ਜਾਂਦੀ ਹੈਗੀ ਝਾੜ ਦੀ ਗੱਲ ਕਰਕੇ ਤਾਂ ਇਸ ਵੈਰੈਟੀ ਦਾ ਜਿਹੜਾ ਐਵਰੇਜ ਝਾੜ ਉਹ 20 ਕਵਾਂਟਲ ਤੋਂ ਲੈ ਕੇ 24 ਕਵਾਂਟਲ ਦੇ ਵਿੱਚ ਘਾਰ ਆ ਤੇ ਪਿਛਲੇ ਸਾਲ ਆਪਣੇ ਕਿਸਾਨ ਵੀਰਾਂ ਨੇ 20 ਕਵਾਂਟਲ ਤੋਂ ਲੈ ਕੇ 26 27 ਕਵਾਂਟਲ ਤੱਕ ਬੜੇ ਆਰਾਂ ਨਾਲ ਝਾੜ ਲੈਂਦਾ ਹੋਇਆ ਹੈ ਮਣਾ ਵਿੱਚ ਗੱਲ ਕਰਗੇ ਤਾਂ ਲਗਭਗ ਇਹ 65 66 ਮਣ ਤੱਕ ਗਈ ਆ 50 ਮਣ ਤੋਂ ਲੈ ਕੇ 65 66 ਮਣ ਦੇ ਵਿਚਕਾਰ ਇਹਦਾ ਝਾੜ ਆਇਆ ਹੋਇਆਗਾ ਤਾਂ ਹੁਣ ਗੱਲ ਕਰਦੇ ਆ ਨੰਬਰ 1 ਤੇ ਤੇ ਜਿਹੜੀ ਨੰਬਰ 1 ਤੇ ਆ ਉਹ ਪਿਛਲੇ ਸਾਲ ਰਿਲੀਜ਼ ਹੋਈ ਨਵੀਂ ਵੈਰਾਈਟੀ ਆ ਪੂਸਾ ਬਾਸਮਤੀ 1847 ਸਭ ਤੋਂ ਪਹਿਲਾਂ ਤਾਂ ਇਹਦੀ ਵਿਸ਼ੇਸ਼ਤਾ ਇਹ ਹੀ ਆ ਕਿ ਜਿਵੇਂ ਕਿ ਆਪਣੀ ਪੂਸਾ ਬਾਸਮਤੀ 1692 ਸੀ ਹਰੀ ਵਡਾਉਣੀ ਪੈਂਦੀ ਹੈ ਡਿੱਗ ਪੈਂਦੀ ਹੈ ਅੰਡੇ ਦੇ ਵਿੱਚ ਡਿੱਗ ਦੀ ਸਮੱਸਿਆ ਆਉਂਦੀ ਆ ਤੇ ਇਹ ਬਿਲਕੁਲ ਵੀ ਨਹੀਂ ਡਿੱਗਦੀ ਤੇ ਪੱਕਣ ਦੇ ਵਿੱਚ ਵੀ ਸਿਰਫ 125 ਕਿ ਦਿਨ ਲੈ ਕੇ ਜਾਂਦੀ ਹੈ ਜਾਨਕਿ ਆਪਣੀ ਪੂਸਾ ਬਾਸਮਤੀ 1692 ਤੇ 1509 ਨਾਲੋਂ 5-6 ਦਿਨੀ ਵੱਧ ਲੈ ਕੇ ਜਾਂਦੀ ਹੈ ਜੀ ਵੈਰਾਈਟੀ ਇਹ ਵੀ ਬਹੁਤ ਵਧੀਆ ਹੈ ਐਵਰੇਜ ਝਾੜ ਦੀ ਗੱਲ ਕਰਕੇ ਤਾਂ 24 ਕਵੰਟਲ ਤੋਂ ਲੈ ਕੇ 28 ਕਵੰਟਲ ਦੇ ਵਿਚਕਾਰ ਇਸ ਦਾ ਐਵਰੇਜ ਝਾੜ ਆ ਤੇ ਪਿਛਲੇ ਸਾਲ ਜਿੰਨਾ ਵੀ ਕਿਸਾਨ ਵੀਰਾਂ ਨੇ ਇਹ ਵੈਰਾਈਟੀ ਲਗਾਈ ਸੀ ਤਾਂ ਉਹਨਾਂ ਨੇ ਇਸ ਦਾ ਝਾੜ 22 ਕਵੰਟਲ ਤੋਂ ਲੈ ਕੇ 30 ਕਵੰਟਲ ਦੇ ਵਿਚਕਾਰ ਦੱਸਿਆ ਜਾਨੀ ਕਿ 55 ਮਨ ਤੋਂ ਲੈ ਕੇ 75 ਮਣ ਦੇ ਵਿਚਕਾਰ ਇਸ ਦਾ ਝਾੜ ਆਇਆ ਹੋਇਆ ਬਿਮਾਰੀਆਂ ਦੀ ਗੱਲ ਕਰ ਗਏ ਤੇ ਇਸ ਤੇ ਪਿਛਲੇ ਸਾਲ ਕਿਸੇ ਵੀ ਬਿਮਾਰ ਦਾ ਕੋਈ ਵੀ ਅਟੈਕ ਨਹੀਂ ਆਇਆ ਹਾਂ ਝੰਡਾ ਰੋਗ ਜਰੂਰ ਆਉਂਦਾਗਾ ਇਸ ਗੱਲ ਦਾ ਜਰੂਰ ਧਿਆਨ ਰੱਖਿਆ ਜਾਵੇ ਤਾਂ ਇਹ ਸਨ ਆਪਣੇ ਬਾਸਮਤੀ ਝੋਨੇ ਦੀਆਂ ਟਾਪ ਤਨ ਕਿਸਮਾਂ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ